बहुत अच्छा लगा मुझे, मेरी बहुत इच्छा थी बहुत समय से आने की, और बहुत शांति मिली यहाँ पे आके, और बहुत अच्छा लगा मुझे। ਰਜਿੰਦਰ ਸਿੰਘ ਮਰਵਾਹਾ, ਮੈਂ ਪ੍ਰੈਜ਼ੀਡੈਂਟ ਆਫ ਫਾਰਮਿੰਗ ਸ਼੍ਰੋਮਣੀ ਅਕਾਲੀ ਦਲ ਦਾ। ਅੱਜ ਜਿਹੜਾ ਹੋਟਲ ਸੀਲਿੰਗ ਦਾ ਮਸਲਾ ਬੜੇ ਚਿਰ ਤੋਂ ਚੱਲ ਰਿਹਾ, ਇਹਦੇ ਲਈ ਸਰਕਾਰ ਬੜੀ ਗੰਭੀਰ ਹੈ। ਪਿਛਲੇ ਦਿਨੀ ਸਰਕਾਰ ਨੇ ਕਾਫੀ ਮੀਟਿੰਗਾਂ ਕੀਤੀਆਂ ਨੇ, 3 ਵਾਰੀ ਕਾਰਪੋਰੇਸ਼ਨ ਦੇ ਹਾਊਸ ਤੋਂ ਪਾਸ ਕਰਕੇ ਇਹ ਭੇਜਿਆ ਗਿਆ ਮਤਾ ਵੀ ਇਹਨਾਂ ਨੂੰ ਲੀਗਲਾਈਜ਼ ਕੀਤਾ ਜਾਏ, ਉਜਾੜਿਆ ਨਾ ਜਾਏ, ਕਿਉਂਕਿ ਛੋਟੇ ਛੋਟੇ ਹੋਟਲ ਨੇ, ਸਰਾਵਾਂ ਦੇ ਰੂਪ ਦੇ ਵਿੱਚ ਕੰਮ ਕਰ ਰਹੇ ਨੇ, ਔਰ ਇਹ ਜਿਹੜੇ ਬਾਹਰੋਂ ਯਾਤਰੂ ਆਉਂਦੇ ਨੇ, ਬਾਹਰੋਂ ਸੰਗਤ ਆਉਂਦੀ, ਉਹਨਾਂ ਨੂੰ ਸੰਭਾਲਦੇ ਨੇ, ਔਰ ਸਰਕਾਰ ਨੇ ਪਿਛਲੇ ਦਿਨੀ ਇਹ ਫੈਸਲਾ ਕੀਤਾ, ਡਾਇਰੈਕਸ਼ਨਾਂ ਦੇ ਦਿੱਤੀਆਂ ਨੇ ਕਿ ਉਹਨੂੰ ਜਲਦੀ ਤੋਂ ਜਲਦੀ ਲੀਗਲਾਈਜ਼ ਕਰਕੇ ਇਹਨਾਂ ਦੇ ਜੋ ਵੀ ਮਸਲੇ ਨੇ ਉਹਨਾਂ ਹੱਲ ਕਰਕੇ ਢਾਇਆ ਨਾ ਜਾਵੇ। ਔਰ ਅੱਜ ਜਿਹੜਾ ਹਾਈਕੋਰਟ ਦਾ ਆਦੇਸ਼ ਹੈ, ਮਾਨਯੋਗ ਜਿਹੜੇ ਆਪਣੇ ਸਾਡੇ ਆਏ ਨੇ ਅਫਸਰ ਸਾਹਿਬਾਨ, ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਅਗਲੀ ਜਿਹੜੀ ਮੀਟਿੰਗ ਹੈ ਕੈਬਨਿਟ ਦੀ ਹੋਣੀ, ਉਹਦੇ ਵਿੱਚ ਇਹ ਮਸਲਾ ਜਿਹੜਾ ਹੱਲ ਹੋ ਜਾਏਗਾ, ਔਰ ਅਸੀਂ ਇਹਨਾਂ ਦੇ ਨਾਲ ਹਾਂ, ਸਰਕਾਰ ਇਹਨਾਂ ਦੇ ਨਾਲ ਹੈ, ਅਕਾਲੀ ਦਲ ਦੇ ਨਾਲ, ਸਾਰੀਆਂ ਪਾਰਟੀਆਂ ਨਾਲ ਹੈ, ਸਾਰੀ ਸੰਗਤ ਨਾਲ ਇਹਨਾਂ ਦੇ ਨਾਲ, ਵੀ ਸੰਗਤ ਨੂੰ ਖਰਾਬ ਨਾ ਕੀਤਾ ਜਾਏ ਔਰ ਹੋਟਲ ਜਿਹੜੇ ਨੇ ਇਹਨਾਂ ਨੂੰ ਢੋਣ ਨਹੀਂ ਦਿੱਤਾ ਜਾਏਗਾ। ਹਾਈਕੋਰਟ ਦੇ ਦੇਸ਼ਾਂ ਨਾਲ ਕਾਰਪੋਰੇਸ਼ਨ ਦੇ ਮੁਲਾਜ਼ਮ ਸਾਹਿਬਾਨ, ਜਿਹੜੇ ਗਵਰਨਮੈਂਟ ਵੱਲੋਂ ਡਿਊਟੀ ਮੈਜਿਸਟਰ ਸਾਹਿਬਾਨ, ਇਸ ਹੋਟਲਸ ਨੂੰ ਸੀਲ ਕਰਨ ਵਾਸਤੇ ਜਿਹੜੀ ਮੁਹਿੰਮ ਨੇ ਦੁਬਾਰਾ ਸ਼ੁਰੂ ਕੀਤੀ ਆ, ਸਾਰੀ ਐਸੋਸੀਏਸ਼ਨ ਜਿੰਨੀ ਵੀ ਹੋਟਲ ਐਸੋਸੀਏਸ਼ਨ ਇੱਥੇ ਮੌਜੂਦ ਆ, ਅਸੀਂ ਇਹਨਾਂ ਦੇ ਨਾਲ ਖਲੋਤੇ ਹਾਂ, ਸਰਕਾਰ ਨਾਲ ਖਲੋਤੀ ਆ। ਇੱਕ ਵੀ ਹੋਟਲ ਨੂੰ ਅਸੀਂ ਸੀਲ ਨਹੀਂ ਹੋਣ ਦੇਵਾਂਗੇ, ਕਿਉਂਕਿ ਸਰਕਾਰ ਨਾਲ ਕਾਫੀ ਟਾਈਮ ਮੀਟਿੰਗਾਂ ਹੋ ਗਈਆਂ, 10 ਦਿਨ ਪਹਿਲਾਂ ਵੀ ਮੀਟਿੰਗ ਹੋਈ ਸੀ, 26-27 ਤਰੀਕ ਨੂੰ ਹਾਊਸ ਦੀ ਜਿਹੜੀ ਮੀਟਿੰਗ ਆਪਣੀ ਕੈਬਨਿਟ ਦੀ ਮੀਟਿੰਗ ਹੋਣੀ, ਉਹਦੇ ਵਿੱਚ ਨਵੀਂ ਪਾਲਿਸੀ ਬਣਾ ਕੇ ਜਿਹੜੀ ਵਿਚਾਰ ਕੀਤਾ ਗਿਆ ਹੈ ਜਿਹੜੀ ਆਪ ਵਿੱਚ ਰਿਲੈਕਸੇਸ਼ਨ ਦੇਣ ਦਾ, ਉਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਆ ਜਾਣੀ ਆ। ਅਸੀਂ ਵੀ ਉਹਨਾਂ ਨੂੰ ਸ਼ਾਂਤਮਈ ਢੰਗ ਨਾਲ ਜਿਹੜਾ ਜਿਹੜੇ ਆਏ ਨੇ ਇਹ ਕਾਰਵਾਈ ਕਰਨ, ਉਹਨਾਂ ਨੂੰ ਰੋਕਿਆ ਵਾ, ਸਾਰੇ ਜਾਣੇ ਖਲੋਤੇ ਨੇ, ਬਹੁਤ ਵੱਡੀ ਤਾਦਾਦ ਵਿੱਚ ਹੋਟਲ ਐਸੋਸੀਏਸ਼ਨ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਇਸ ਜਿਹੜੀ ਗੱਲ ਹੈ ਹੋਟਲਾਂ ਦੀ, ਜਿਹੜੀ ਨੁਕਸਾਨ ਸੀਲ ਕਰਨ ਦੀ, ਜਾਂ ਧਰਮਸ਼ਾਲਾ ਦੀ ਗੱਲ ਕਰੀਏ ਜਾਂ ਗੈਸਟ ਹਾਊਸ ਦੀ, ਹਮੇਸ਼ਾ ਡਟ ਕੇ ਨਾਲ ਹੈ। ਸਰਦਾਰ ਸੁਖਬੀਰ ਸਿੰਘ ਜੀ, ਬਾਦਲ ਜੀ, ਬਿਕਰਮ ਮਜੀਠੀਆ ਜੀ, ਅਤੇ ਜਿੰਨੀ ਵੀ ਕੈਬਨਿਟ ਬੀਜੇਪੀ ਦੀ ਵੀ ਲਾਓ, ਸਾਰੇ ਇਸ ਗੱਲ 'ਤੇ ਇੱਕ ਦ੍ਰਿੜ ਨੇ ਵੀ ਅਸੀਂ ਇੱਕ ਵੀ ਹੋਟਲ ਦਾ ਨੁਕਸਾਨ ਨਹੀਂ ਹੋਣ ਦੇਣਾ, ਅਸੀਂ ਵੀ ਉਹਨਾਂ ਦੇ ਨਾਲ ਖਲੋਤੇ, ਆਪਣੇ ਭਰਾ ਨੇ ਸਾਡੇ। ਜਦੋਂ ਵੀ ਦਰਅਸਲ ਪੋਲਸੀਆਂ ਬਣਦੀਆਂ ਹੈ, ਇਹਨਾਂ ਦੇ ਫਾਰਮੈਟ ਬਣਦੇ ਆ, ਇਹਨਾਂ ਨੂੰ ਕਾਰਪੋਰੇਸ਼ਨ ਨੂੰ ਨੋਟਿਸ ਕੱਢਣੇ ਪੈਂਦੇ ਆ, ਇਸ ਸੰਬੰਧ ਵਿੱਚ ਉਹਨਾਂ ਕੱਢੇ ਵੀ ਆ, ਔਰ ਜਿਹੜੀ ਪੋਲਸੀ ਹੈ ਇਹਨਾਂ ਲਿਖ ਕੇ ਵੀ ਕਾਰਪੋਰੇਸ਼ਨ ਨੇ ਹਾਈਕੋਰਟ ਦੇ ਵਿੱਚ ਮੰਤਰੀ ਸਾਹਿਬ ਨੇ ਦੇਤੀ ਐਪਲੀਕੇਸ਼ਨ, ਵੀ ਇਹਨਾਂ ਦੀ ਪੋਲਸੀ ਜਿਹੜੀ ਆਪਾਂ ਬਹੁਤ ਜਲਦੀ ਬਣਾ ਰਹੇ ਹਾਂ, ਔਰ ਇਹ ਪੋਲਸੀ ਸਮਝੋ ਕਿ ਬਣ ਕੇ ਤਿਆਰ ਹੀ ਆ, ਪਰ ਇੱਥੇ ਹਾਈਕੋਰਟ ਦੇ ਉਦੇਸ਼ਾਂ 'ਤੇ ਜਿਹੜੇ ਅਫਸਰ ਸਾਹਿਬਾਨ ਆਏ ਨੇ, ਆਪਾਂ ਉਹਨਾਂ ਨੂੰ ਇਹ ਬੇਨਤੀ ਕੀਤੀ ਆ ਵੀ ਇਹ ਜਿਹੜੀਆਂ ਸੰਤਾਂ ਮਹਾਂਪੁਰਖਾਂ ਵੱਲੋਂ ਬਣਾਈਆਂ ਛੋਟੀਆਂ ਛੋਟੀਆਂ ਸਰਾਵਾਂ, ਗੈਸਟ ਹਾਊਸ ਆ, ਇਹ ਆਈਆਂ ਯਾਤਰੂਆਂ ਦੀ ਸੇਵਾ ਕਰ ਰਹੇ ਆ, ਸਾਰੇ ਦੇਸ਼ 'ਚ ਸਾਰੇ ਸ਼ਹਿਰਾਂ 'ਚ ਇਹੋ ਜਿਹੇ ਗੈਸਟ ਹਾਊਸ, ਇਹੋ ਜਿਹੀਆਂ ਹੋਟਲ ਆ, ਇਹੋ ਜਿਹੀਆਂ ਸਰਾਵਾਂ ਆ। ਅਸੀਂ ਇਹੀ ਬੇਨਤੀ ਕਰਾਂਗੇ ਵੀ ਇਹਨਾਂ ਨੂੰ ਸਾਨੂੰ ਟਾਈਮ ਦਿੱਤਾ ਜਾਵੇ ਵੀ ਜਿਹੜੀ ਸਰਕਾਰ ਜਿਹੜੀ ਪੋਲਸੀ ਬਣਾ ਰਹੀ ਆ, ਹਾਈਕੋਰਟ 'ਚ ਲਿਖ ਕੇ ਵੀ ਦੇ ਚੁੱਕੀ ਗੌਰਮੈਂਟ, ਵੀ ਇਹ ਇਹਨਾਂ ਦੀ ਸਰਾਵਾਂ ਦੀ, ਗੈਸਟ ਹਾਊਸਾਂ ਦੀ ਪੋਲਸੀ ਬਣਾ ਰਹੇ ਹਾਂ, ਸਾਨੂੰ ਇਹ ਵਕਤ ਦਿੱਤਾ ਜਾਵੇ। ਸੀਲਿੰਗ ਕਰਨਾ ਹੈ, ਹਾਈਕੋਰਟ ਦੀ ਡਾਇਰੈਕਸ਼ਨ ਹੈ, 2 ਤਰੀਕ ਹਾਈਕੋਰਟ ਫਿਕਸ ਹੋਈ ਹੈ, ਉਹਦੇ ਵਿੱਚ ਪੁਲਿਸ ਕਮਿਸ਼ਨਰ ਸਾਹਿਬ ਨੂੰ, ਡਿਪਟੀ ਕਮਿਸ਼ਨਰ ਸਾਹਿਬ, ਕਮਿਸ਼ਨਰ ਸਾਹਿਬ, ਐਸਟੀਪੀ ਵੀ ਜਿਹੜੇ ਉਸ ਵੇਲੇ ਸਾਰੇ ਤਲਬ ਕੀਤੇ ਨੇ ਵੀ ਇਹ ਹੋਟਲਾਂ ਸੀਲ ਕਰਨ ਦੀ ਕੀ ਕਾਰਵਾਈ ਹੈ। ਦੂਸਰੇ ਪਾਸਿਓਂ ਇਹਨਾਂ ਦੇ ਵੱਲੋਂ ਰਿਪ੍ਰੈਜੈਂਟੇਸ਼ਨ ਦੇ ਕੇ ਜਿਹੜੀ ਪੋਲਸੀ ਗੌਰਮੈਂਟ ਲੈਵਲ 'ਤੇ ਬਣਾਉਣ ਦੀ ਕਾਰਵਾਈ ਵੀ ਚੱਲ ਰਹੀ ਹੈਗੀ ਹੈ। ਇਹ ਪੋਲਸੀ ਤਿਆਰ ਤਾਂ ਹੋ ਗਈ ਹੈ, ਇਹਨੂੰ ਕੈਬਨਿਟ ਤੋਂ ਵੀ ਅਪਰੂਵ ਕਰਦਾ, ਹੁਣ ਫਾਈਨਲ ਇਹਦੀ ਨੋਟੀਫਿਕੇਸ਼ਨ ਜਿਹੜੀ ਹੋਣੀ ਜਿਹੜੀ ਆ ਉਹ ਬਾਕੀ ਹੈਗੀ ਹੈ। संविधान के साथ के पालन नहीं करते हैं, देश में रह के देश के विरुद्ध जो है नारे लगाते हैं, देश को तोड़ने की बात करते हैं, और जेएनयू में खुला उन लोगों ने भारत के टुकड़े टुकड़े कर देंगे। अफजल गुरु, हम बड़े शर्मिंदा हैं, तुम्हारे कातिल जिंदा हैं, इस तरीके के नारे लगाते हैं, जो एक राष्ट्रद्रोह है। वहाँ दिल्ली पुलिस ने उनके ऊपर केस रजिस्टर किया है और उनको अरेस्ट भी किया है, इसके बावजूद वहाँ पे कांग्रेस वाले जाकर के सीएम और जो लेफ्ट वाले उनका समर्थन कर रहे हैं। ये देश के गद्दार लोगों को बढ़ावा देना है उन लोगों का,
इसी मामले में सीताराम येचुरी ने कहा है कि कन्हैया दलित होने के नाते ये सरकार उनके ऊपर अत्याचार कर रही है। ये झूठा आरोप है। कोई अगर दलित या कोई भी हाई मतलब ब्राह्मण या कोई भी हाई कास्ट का कोई आदमी अगर देश के विरुद्ध काम करता है, देश के गद्दारी करता है, अगर देश के विरुद्ध के टुकड़े टुकड़े करने की बात करता है तो उसके ऊपर भी यही कार्यवाही होनी चाहिए देशद्रोह की, न कि ये अनुसूचित जाति और जाति में बांट करके। आज तक 65 साल कांग्रेस ने और इन लोगों ने बांट के रखा है जाति के नाम पे, धर्म के नाम पे। आपकी ही पार्टी के शत्रुघ्न सिन्हा ने कहा कि कन्हैया की गिरफ्तारी बहुत जल्दबाजी में होगी, उसके सपोर्ट में, इसके बारे में मैं इसके बारे में कुछ नहीं बोलूंगा। उनका बिना देखने के बाद शत्रुघ्न सिन्हा जी ने क्या बोला है, लेकिन मेरा यह बोलना है ऐसे लोगों पे कानूनी कार्यवाही होनी चाहिए, ऐसे लोगों के विरुद्ध में भी होनी चाहिए। मैं तो मांग करूंगा कि जो लोग इनका समर्थन कर रहे हैं, जो लोग इनके समर्थन में रैली निकाल रहे हैं, उनके ऊपर भी वही कार्यवाही होनी चाहिए। कॉस्मेटिक है, ट्रांसप्लांट और फिजियो सेंटर है, और क्या बोल इट्स अ डे ऑफ लव सो एंड वी गॉट एवरीबडीज लव। सब गेस्ट आए, रश्मि जी खुद आए हमारे ओपनिंग के लिए, सो इट्स अ वंडरफुल एंड अ ग्रेट डे फॉर अस। यहाँ पे स्किन कॉस्मेटिक लेजर और फिजियोथेरेपी का पूरा सेंटर है, सो हेयर ट्रांसप्लांट रहेगा। नॉर्मली यहाँ पे बहुत सारे जन है जो डिग्री और क्वालिफिकेशन के बिना हेयर ट्रांसप्लांट और कॉस्मेटिक प्रोसीजर्स कर रहे हैं, तो एक यही चेंज रहेगा कि डिग्री भी है साथ में क्वालिफिकेशन एंड ट्रेनिंग भी है। फलानी सीट ते बैठा क्योंकि